ਮੈਡਮ ਨੇ ਵੀ ਕਾਹਤੋਂ ਚਾਰ ਰੱਖਣੇ ਨਹੀਂ ਫਿਰ ਉਹ ਗੱਲ ਹੋ ਜਾਵੇ ਘਰੇ ਜਾ ਕੇ ਨਾ ਚੱਲੇ ਤੇ ਲੱਤ ਮਾਰੀ ਨੱਚਣਾ ਤੇ ਇੱਥੇ ਨੱਚਣਾ ਆ ਜਾਓ ਮੈਡਮ ਜੀ ਤੇ ਕੱਢ ਲਓ ਤੁਸੀਂ ਵੀ ਆਉਂਦੇ ਵਾਲੇ ਪ੍ਰਾਤਨ ਸਭਿਅਤਾ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਤੀਆਂ ਨੂੰ ਲੈ ਕੇ ਤੁਹਾਡੇ ਵੱਲੋਂ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਕੀ ਮਕਸਦ ਹੈ ਤੁਹਾਡਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਪੰਜਾਬੀ ਜਿਹੜੀ ਪੱਛਮੀ ਸਭਿਅਤਾ ਦੇ ਵਿੱਚ ਨੌਜਵਾਨ ਪੀੜ੍ਹੀ ਡੁੱਬਦੀ ਜਾ ਰਹੀ ਹੈ ਔਰ ਪੁਰਾਤਨ ਚੀਜ਼ਾਂ ਨੂੰ ਅਸੀਂ ਭੁੱਲਦੇ ਜਾ ਰਹੇ ਹੈਗੇ ਪੱਛਮੀ ਸਭਿਅਤਾ ਦੇ ਅਕੋਰਡਿੰਗ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਲਿਬਾਸ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ ਦੇਖੋ ਜੀ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਦੀਆਂ ਤਿੰਨ ਚੀਜ਼ਾਂ ਬੜੀਆਂ ਮਸ਼ਹੂਰ ਸੀ ਪੰਜਾਬੀ ਗਾਣਾ ਪੰਜਾਬੀ ਖਾਣਾ ਅਤੇ ਪੰਜਾਬੀ ਗਾਣਾ ਅੱਜ ਤਿੰਨੋਂ ਹੀ ਚੀਜ਼ਾਂ ਦੇ ਵਿੱਚ ਪੱਛਮੀ ਸੱਭਿਆਚਾਰ ਭਰ ਹੋ ਗਿਆ ਜੇ ਅਸੀਂ ਖਾਣਿਆਂ ਦੀ ਗੱਲ ਕਰਦੇ ਹਾਂ ਤਾਂ ਪੀਜ਼ੇ ਬਰਗਰਾਂ ਦੇ ਲੈ ਲਈ ਆ ਸਾਡੀਆਂ ਜਿਹੜੀਆਂ ਰਵਾਇਤੀ ਪੰਜਾਬੀ ਖਾਣੇ ਸੀਗੇ ਪੂੜੇ ਡੋਗਰੇ ਮੱਠੀਆਂ ਇਹਨਾਂ ਨੂੰ ਬੱਚੇ ਬਹੁਤ ਘੱਟ ਖਾਂਦੇ ਹੋਗੇ ਜੇ ਪੰਜਾਬੀ ਗਾਣੇ ਦੀ ਗੱਲ ਕਰੀਏ ਤਾਂ ਪੰਜਾਬੀ ਗਾਣੇ ਦੇ ਵਿੱਚ ਜਿਹੜੀ ਲੋਕ ਗੀਤ ਢੋਲੇ ਟੱਪੇ ਮਾਈਏ ਜਿਹਨਾਂ ਦੇਖਦੇ ਉਹਨਾਂ ਦੇ ਵਿੱਚ ਸਾਡੇ ਰਿਸ਼ਤਿਆਂ ਨਾਤਿਆਂ ਦੀ ਜਿਹੜੀ ਗੱਲਬਾਤ ਕੀਤੀ ਜਾਂਦੀ ਸੀਗੀ ਤਾਂ ਦਿਲ ਦੇ ਜਜ਼ਬਾਤ ਹੁੰਦੇ ਸੀ ਜਿਹੜੀ ਕਿ ਇੱਕ ਬੱਚੀ ਲੜਕੀ ਜਾਂ ਲੜਕਾ ਆਪਦੇ ਪੇਰੈਂਟਸ ਨੂੰ ਬੋਲ ਕੇ ਨਹੀਂ ਨਾ ਕਹਿ ਸਕਦੇ ਸੀ ਗੀਤਾਂ ਦੇ ਥਰੂ ਆਪਣੀ ਅਹਿਸਾਸ ਕਰਦੇ ਸੀ ਪਰ ਜਿਹੜੀ ਹੁਣ ਵਾਲੀ ਬੱਚੀ ਹੈ ਜੀ ਇਸ ਦੇ ਵਿੱਚ ਤਾਂ ਸਾਡੇ ਸੱਭਿਆਚਾਰ ਦਾ ਕੋਈ ਨੇੜੇ ਤੇੜੇ ਦਾ ਵਾਵਾ ਸਮਾਂ ਨਹੀਂ ਹੈਗਾ ਕਿਉਂਕਿ ਹਥਿਆਰਾਂ ਨਸ਼ੇ ਅਤੇ ਨੰਗੇਜ਼ ਪਹਿਰਾਵੇ ਦੇ ਵਿੱਚ ਜ਼ਿਆਦਾ ਮਾਡਰਨ ਹੋਣਾ ਜ਼ਰੂਰੀ ਹੈ ਕਿਉਂਕਿ ਸਮੇਂ ਦੀ ਮੰਗ ਵੀ ਹੈ ਕਿ ਜੇ ਅਸੀਂ ਮਾਡਰਨ ਹੋਵਾਂਗੇ ਦੂਸਰੇ ਕੰਟਰੀਜ਼ ਦੇ ਨਾਲ ਜਦਕਿ ਚੱਲਣਾ ਹੈਗਾ ਤਾਂ ਸਾਨੂੰ ਐਜੂਕੇਸ਼ਨ ਵੀ ਲੈਣੀ ਪਈ ਹੈ ਸਭ ਕੁਛ ਲੈਣੀ ਪਊਗੀ ਪਰ ਐਜੂਕੇਸ਼ਨ ਲੈਣ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਰਵਾਇਤੀ ਜਿਹੜੀ ਰਾਸਤਾ ਹੈਗੀ ਅਸੀਂ ਉਸਨੂੰ ਪਹੁੰਚੀਏ ਉਹਨੂੰ ਵੀ ਨਾਲ ਨਾਲ ਲੈ ਕੇ ਚੱਲਣਾ ਚਾਹੀਦਾ ਹੈਗਾ ਇਹੀ ਸਾਡੀ ਐਜੂਕੇਸ਼ਨ ਰਹੀ ਹੈ ਅੱਗੇ ਤੋਂ ਤੁਹਾਡੇ ਸਕੂਲ ਦੇ ਵਿੱਚ ਕਿੱਦਾਂ ਦੇ ਪ੍ਰੋਗਰਾਮ ਹੈ ਜਿਹੜੇ ਹੋ ਜਾ ਰਹੇ ਕੋਸ਼ਿਸ਼ ਇਹੀ ਰਹੂਗੀ ਵੀ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਜਿਵੇਂ ਹੁਣ ਸਾਡਾ ਪ੍ਰੋਗਰਾਮ ਆ ਰਿਹਾ ਸੀ ਅੱਗੇ ਬੱਚੇ ਅੱਗੇ ਛੱਡੇ ਆ ਰਹੇ ਹੈਗਾ ਅਤੇ ਜਾਂ ਬੱਚੇ ਛੱਡਣ ਲਈ ਆਉਂਦਾ ਹੈਗਾ ਜਾਂ ਛੁੱਟੀਆਂ ਹੁੰਦੀ 15 ਅਗਸਤ ਹੁੰਦਾ ਹੈਗਾ ਤਾਂ ਉਹਨਾਂ ਤਿਉਹਾਰਾਂ ਦੇ ਨਾਲ ਸੰਬੰਧਿਤ ਹੀ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਲੈ ਕੇ ਹੀ ਕੁਛ ਨਾ ਕੁਛ ਜ਼ਰੂਰ ਕਰਨਾ ਹੈਗਾ ਸੋ ਜਿਹੜੇ ਡਾਂਸ ਕਲਾਸ ਮੋਸਟਲੀ ਸਕੂਲ ਸਾਡੇ ਹੁਣ ਜਦੋਂ ਪ੍ਰੋਗਰਾਮ ਹੁੰਦੇ ਆ ਉਹਨਾਂ 'ਚ ਡਾਂਸ ਜ਼ਿਆਦਾ ਹੁੰਦਾ ਵਾ ਇਹ ਵਾਲੀਆਂ ਚੀਜ਼ਾਂ ਘੱਟ ਹੁੰਦੀਆਂ ਸੋ ਇਸ ਚੀਜ਼ ਤੋਂ ਕਰੇਜ ਕੀਤਾ ਜੀ ਜਸਪਾਲ ਜੀ ਐਸ ਐਮ ਪਬਲਿਕ ਸਕੂਲ ਦੇ ਵਿੱਚ ਜਿਹੜਾ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਸ ਗੱਲ ਨੂੰ ਮੁੱਖ ਰੱਖ ਕੇ ਇਹ ਪ੍ਰੋਗਰਾਮ ਲਿਖਿਆ ਗਿਆ ਕਿੱਦਾਂ ਦੇ ਤੁਹਾਡੇ ਅੱਗੇ ਜਿਹੜੇ ਪ੍ਰੋਗਰਾਮ ਰਹਿਣਗੇ ਸਾਡਾ ਕੀ ਸੀਗਾ ਜੀ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਹੜੇ ਨਵੀਂ ਜਨਰੇਸ਼ਨ ਹੈ ਨਵੀਆਂ ਬੱਚੀਆਂ ਉਹਨਾਂ ਨੂੰ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹ ਤੋਂ ਦੂਰ ਹੋ ਰਹੇ ਆ ਉਹਨੂੰ ਨਹੀਂ ਪਤਾ ਵੀ ਸਾਡੇ ਮਾਂ ਬਾਪ ਜਿਹੜੇ ਪੁਰਾਣ ਚੀਜ਼ਾਂ ਦੀ ਵਰਤੋਂ ਕਿਵੇਂ ਕਰਦੇ ਸੀ ਕਿਸ ਤਰ੍ਹਾਂ ਚਰਖਾ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਪੁਰਾਣ ਚੀਜ਼ਾਂ ਦੀ ਵਰਤੋਂ ਹੁੰਦੀ ਸੀ ਤਾਂ ਸਾਡੀ ਕੋਸ਼ਿਸ਼ ਸੀ ਕਿ ਇਹੋ ਜਿਹਾ ਪ੍ਰੋਗਰਾਮ ਕੀਤਾ ਜਾਵੇ ਕਿ ਜਿਹੜੇ ਬੱਚੇ ਆ ਬੱਚੀਆਂ ਜਿਹੜੀਆਂ ਲੜਕੀਆਂ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗ ਸਕੇ ਵੀ ਜਿਹੜੇ ਪਹਿਲਾਂ ਸਾਡੇ ਮਾਂ ਬਾਪ ਇਹਨਾਂ ਚੀਜ਼ਾਂ ਦੀ ਵਰਤੋਂ ਕਿਵੇਂ ਕਰਦੇ ਸੀ ਹੁਣ ਬੱਚਿਆਂ ਨੂੰ ਊਰੀ ਤੱਕਲਾ ਤਾਂ ਇਸ ਤਰ੍ਹਾਂ ਦੇ ਮੂੜਾ
ਬੜੀਆਂ ਚੀਜ਼ਾਂ ਹੱਥੇ ਵੀ ਬੜੀਆਂ ਚੀਜ਼ਾਂ ਜਿਹੜੀਆਂ ਪੁਰਤਾਨ ਜਿਹੜੀਆਂ ਵਰਤੋਂ 'ਚ ਆਉਂਦੀਆਂ ਹੁੰਦੀਆਂ ਸੀ, ਜਿਹੜੀਆਂ ਸਾਡੀ ਕੋਸ਼ਿਸ਼ ਸੀ ਕਿ ਜਿਹੜੀਆਂ ਪੁਰਾਣੀਆਂ ਮਤਾਵਾਂ ਉਹਨਾਂ ਨੂੰ ਬੁਲਾਇਆ ਜਾਵੇ, ਉਹਨਾਂ ਤੋਂ ਦੋਹੇ ਬੋਲੀਆਂ ਟੱਪੇ ਉਹ ਸੁਣੇ ਜਾਣ ਕਿ ਤਾਂ ਕਿ ਨਵੇਂ ਬੱਚਿਆਂ ਨੂੰ ਇਹ ਚੀਜ਼ਾਂ ਪਤਾ ਲੱਗ ਸਕੇ। ਅੱਗੇ ਕਿਸ ਤਰ੍ਹਾਂ ਦੇ ਤੁਹਾਡੇ ਸਕੂਲ 'ਚ ਬੱਚਿਆਂ ਨੂੰ ਗਿਆਨ ਦੇ ਵਾਧੇ ਲਈ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਰਹਿਣਗੇ ਸਕੂਲ ਦੇ? ਸਾਡੀ ਕੋਸ਼ਿਸ਼ ਹੈ ਕਿ ਵੈਸੇ ਤਾਂ ਹੁਣ ਜਿਵੇਂ ਵੀ ਪੱਛਮੀ ਸੱਭਿਆਚਾਰ 'ਤੇ ਜ਼ਿਆਦਾ ਭਾਰੂ ਹੋ ਰਿਹਾ ਸਾਡੇ 'ਤੇ, ਬਹੁਤ ਜ਼ਿਆਦਾ, ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਪੁਰਤਾਨ ਸਾਡੇ ਮਾਂ ਬਾਪ ਸਾਡੇ ਦਾਦਿਆਂ ਨੇ ਕਿਸ ਤਰ੍ਹਾਂ ਦੇ ਸੱਭਿਆਚਾਰ 'ਚ ਵਿਚਰੇ, ਕਿਸ ਤਰ੍ਹਾਂ ਦਾ ਉਹਨਾਂ ਹੰਢਾਇਆ, ਤਾਂ ਸਾਡੀ ਕੋਸ਼ਿਸ਼ ਹੈ ਕਿ ਉਹ ਪੁਰਾਣੀਆਂ ਚੀਜ਼ਾਂ ਪੱਛਮੀ ਸੱਭਿਆਚਾਰ ਦੇ ਨਾਲ ਜਿਹੜੀਆਂ ਪੁਰਾਣੀਆਂ ਚੀਜ਼ਾਂ ਲੋਪ ਹੋ ਚੁੱਕੀਆਂ ਉਹਨਾਂ ਬਾਰੇ ਵੱਧ ਤੋਂ ਵੱਧ ਬੱਚਿਆਂ ਨੂੰ ਉਹਨਾਂ ਦੀ ਜਾਣਕਾਰੀ ਦਿੱਤੀ ਜਾਵੇ, ਉਹਨਾਂ ਬਾਰੇ ਦੱਸਿਆ ਜਾਵੇ ਕਿਸ ਤਰ੍ਹਾਂ ਦੀ ਵਰਤੋਂ ਹੁੰਦੀ ਹੈ।